ਪ੍ਰਿੰਸੀਪਲ ਸਰਵੰਤ ਸਿੰਘ ਦਾ ਲੇਖ ਹੈ ਸੁੰਦਰ ਛਪਾਈ ਦਾ ਚੈਂਪੀਅਨ ਪੁਸਤਕ ਪੰਜਾਬ ਦੇ ਕੋਹਿੰੂਰ ਭਾਗ ਦੂਜਾ ਪਾਪਾ ਪ੍ਰੀਤਮ ਸਿੰਘ ਪੁਸਤਕਾਂ ਦੀ ਸੁੰਦਰ ਛਪਾਈ ਦਾ ਨੈਸ਼ਨਲ ਚੈਂਪੀਅਨ ਸੀ ਉਹਦੇ ਨਵਯੁਗ ਪ੍ਰੈਸ ਨੇ ਛਪਾਈ ਦੇ 21 ਨੈਸ਼ਨਲ ਅਵਾਰਡ ਜਿੱਤੇ ਕਿਤਾਬੀ ਦੁਨੀਆ 'ਚ ਅੱਧੀ ਸਦੀ ਨਵਯੁਗ ਪ੍ਰਕਾਸ਼ਨ ਦੀ ਝੰਡੀ ਰਹੀ ਜਿਹੜੀ ਪੁਸਤਕ ਉਤੇ ਨਵਯੁਗ ਪਬਲਿਸ਼ਰ ਦੀ ਮੋਹਰ ਲੱਗ ਜਾਂਦੀ ਮੰਨ ਲਿਆ ਜਾਂਦਾ ਕਿ ਕਿਤਾਬ ਮਿਆਰੀ ਹੋਏਗੀ ਪੰਜਾਬੀ ਦੇ ਕਹਿੰਦੇ ਕਹੌਂਦੇ ਲੇਖਕ ਨਵਯੁਗ ਤੋਂ ਪੁਸਤਕ ਪ੍ਰਕਾਸ਼ਿਤ ਕਰਵਾਣੀ ਆਪਣੇ ਧੰਨ ਭਾਗ ਸਮਝਦੇ ਪਾਪਾ ਪ੍ਰੀਤਮ ਸਿੰਘ ਦੇ ਹੱਥਾਂ ਦੀ ਸੋਝਮਈ ਛੋਹ ਪੁਸਤਕ ਦੀ ਕਦਰ ਕੀਮਤ ਲਈ ਕਈ ਗੁਣਾ ਵਧਾ ਦਿੰਦੀ ਸੀ ਕਲਾਮਈ ਛਪਾਈ ਕਰਕੇ ਕੋਈ ਪਾਪਾ ਜੀ ਨੂੰ ਛਪਾਈ ਦਾ ਫਲਾਤੂਨ ਕਹਿੰਦਾ ਕੋਈ ਸਾਹਿਤ ਦਾ ਜੋਹਰੀ ਕੋਈ ਪ੍ਰਕਾਸ਼ਨ ਦਾ ਪੀਰ ਉਸਤਾਦ ਕੋਈ ਛਾਪੇਖਾਨੇ ਦਾ ਫौलाਦੀ ਫੁੱਲ ਤੇ ਕੋਈ ਪੰਜਾਬੀ ਪ੍ਰਕਾਸ਼ਨ ਦਾ ਚੈਂਪੀਅਨ ਉਹ ਸੁਹਿਰਦ ਕਰਮਯੋਗੀ ਸੀ ਸ਼ਾਂਤ ਚਿੱਤ ਜੋੜਾ ਸੀ ਸਦਕਵਾਨ ਸੀ ਸਿਰੜੀ ਸੀ ਤੇ ਕਿਤੇ ਨੂੰ ਕਲਾ ਬਣਾਉਣ ਵਾਲਾ ਕਮਾਲ ਦਾ ਕਲਾਕਾਰ ਸੀ ਉਹਨੇ ਲੋਹੇ ਦੇ ਸਿੱਕਿਆਂ ਨੂੰ ਸੋਨੇ ਦੇ ਹਰਫਾਂ 'ਚ ਢਾਲਣ ਦਾ ਕੌਤਕ ਵਰਤਾਇਆ ਛਪਾਈ ਦੀ ਲੀਲਾ ਰੱਜੀ ਤੇ ਪ੍ਰਿੰਟਿੰਗ ਦੇ अनेकाਵਾਰਡ ਜਿੱਤੇ ਉਹਨੂੰ ਆਲ ਇੰਡੀਆ ਪ੍ਰਿੰਟਿੰਗ ਮੁਕਾਬਲੇ ਦਾ ਪਹਿਲਾ ਅਵਾਰਡ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ ਦਿੱਤਾ ਫਿਰ ਤਾਂ ਐਸਾ ਲੀ ਇਨਾਮ ਮਿਲਦੇ ਰਹੇ ਨਵਯੁਗ ਦੇ ਦਫ਼ਤਰ ਦੀਆਂ ਕੰਧਾਂ ਇਨਾਮਾਂ ਸਨਮਾਨਾਂ ਦੀਆਂ ਤਸਵੀਰਾਂ ਤੇ ਪਲੇਕਾਂ ਨਾਲ ਸਜੀਆਂ ਰਹਿੰਦੀਆਂ ਕਿਸੇ ਤਸਵੀਰ 'ਚ ਪਾਪਾ ਕਿਸੇ ਰਾਸ਼ਟਰਪਤੀ ਤੋਂ ਇਨਾਮ ਲੈ ਰਹੇ ਹੈ ਕਿਸੇ 'ਚ ਕਿਸੇ ਪ੍ਰਧਾਨ ਮੰਤਰੀ ਤੋਂ ਉਨੇ 50 ਸਾਲ ਤੋਂ ਵੱਧ ਨਵਯੁਗ ਪ੍ਰੈਸ ਚਲਾਇਆ 40 ਸਾਲ ਤੋਂ ਵੱਧ ਸਾਹਿਤਿਕ ਰਸਾਲਾ ਆਰਸੀ ਕੱਢਿਆ ਉਹ ਕਿਰਤੀ ਆਤਮਾ ਵਾਲਾ ਇਨਸਾਨ ਸੀ ਡਾਕਟਰ ਕਰਨਜੀਤ ਸਿੰਘ ਨੇ ਪਾਪਾ ਪ੍ਰੀਤਮ ਸਿੰਘ ਸਮ੍ਰਿਤੀ ਗ੍ਰੰਥ ਦੀ ਸੰਪਾਦਗੀ ਚ ਲਿਖਿਆ ਕਿ ਜਿਸ ਖੇਤਰ ਚ ਪੰਜਾਬੀ ਸਾਹਿਤ ਭਾਰਤੀ ਬੋਲੀਆਂ ਚ ਕਿਤੇ ਅੱਗੇ ਐ ਉਹ ਹੈ ਪੰਜਾਬੀ ਪ੍ਰਕਾਸ਼ਨ ਜਿਹਦਾ ਸਿਹਰਾ ਸਵਰਗਵਾਸੀ ਪਾਪਾ ਪ੍ਰੀਤਮ ਸਿੰਘ ਨਵਯੁਗ ਪ੍ਰਕਾਸ਼ਨ ਦੇ ਸਿਰ ਜਾਂਦਾ ਹੈ ਇਹ ਸੱਚ ਪੂਰਾ ਪਰ ਵੀ ਸੰਦੇ ਨਹੀਂ ਕਿ ਪਾਪਾ ਜੀ ਅਜੋਕੇ ਪੰਜਾਬੀ ਸਾਹਿਦ ਦੇ ਗਣਵੇ ਨਿਰਮਾਤਾਵਾਂ ਵਿੱਚੋਂ ਸਨ ਭਾਰਤ ਸਰਕਾਰ ਵੱਲੋਂ ਆਯੋਜਿਤ ਪ੍ਰਕਾਸ਼ਨ ਦੇ ਸਰਭਾਰਤੀ ਮੁਕਾਬਲੇਾਂ 'ਚ ਅਨੇਕਾਂ ਵਾਰ ਪੰਜਾਬੀ ਪ੍ਰਕਾਸ਼ਨ ਨੂੰ ਪੁਰਸਕ੍ਰਿਤ ਕੀਤਾ ਜਾਣਾ ਪਾਪਾ ਪ੍ਰੀਤਮ ਸਿੰਘ ਜੀ ਦੀ ਮਿਹਨਤ ਤੇ ਸੋਚ ਸਵਾਦੀ ਦੇਣ ਸੀ ਇੱਕ ਪ੍ਰਕਾਸ਼ਕ ਦੇ ਨਾਤੇ ਪਾਪਾ ਪ੍ਰੀਤਮ ਸਿੰਘ ਜੀ ਨੂੰ ਇਹ ਮਾਣ ਪ੍ਰਾਪਤ ਸੀ ਕਿ ਪੰਜਾਬੀ ਸਾਹਿਤਕਾਰਾਂ ਨੂੰ ਇੰਨੇ ਬਰੇ ਜਿੰਨੇ ਵੀ ਨਿੱਕੇ ਵੱਡੇ ਇਨਾਮ ਮਿਲਦੇ ਰਹੇ तकरीबन ਸਾਰੀਆਂ ਇਨਾਮੀ ਪੁਸਤਕਾਂ ਨਵਯੁੱਗ ਦੀਆਂ ਹੀ ਪ੍ਰਕਾਸ਼ਿਤ ਹੁੰਦੀਆਂ ਸਨ ਪ੍ਰੀਤਮ ਸਿੰਘ ਦਾ ਜਨਮ 16 ਜੁਲਾਈ 1914 ਨੂੰ ਕਸਬੇ ਨਾਰੋਵਾਲ ਕੋਲ ਪਿੰਡ ਤਲਵੰਡੀ ਪਿੰਡਾਂ ਅੰਝਲਾ ਸਿਆਲਕੋਟ ਜਿਲ੍ਹੇ ਹਲਵਾਈ ਸਿੱਖ ਦੇ ਘਰ ਹੋਇਆ ਸੀ ਉਹਦਾ ਬਚਪਨ ਮਠਿਆਈਆਂ ਦੇ ਮਠਾਸਟ ਟਲਿਆ ਸ਼ਾਇਦ ਇਹੋ ਕਾਰਨ ਹੈ ਕਿ ਉਹ ਖੀਰ ਤੱਕ ਮਿੱਠਾ ਪਿਆਰਾ ਰਿਹਾ ਉਹਦੇ ਜਨਮ ਦੇ ਦਿਨ ਹੀ ਪਹਿਲੀ ਆਲਮੀ ਜੰਗ ਸ਼ੁਰੂ ਹੋਈ ਸੀ ਲੋਕਾਂ ਦੇ ਮੰਦੜੇ ਹਾਲ ਸਨ ਅਮਰੀਕਾ ਕੈਨੇਡਾ ਚ ਗਦਰੀ ਬਾਬਿਆਂ ਦੀ ਲਹਿਰ ਉੱਠ ਰਹੀ ਸੀ ਪੰਜਾਬ ਆਰਥਿਕ ਮੰਦਵਾੜੇ ਚੋਂ ਲੰਘ ਰਿਹਾ ਸੀ ਪੰਜਾਬੀ ਨੌਜਵਾਨ ਫੌਜ ਵਿੱਚ ਭਰਤੀ ਹੋਣ ਲੱਗੇ ਸਨ ਭਰਤੀ ਹੋਣ ਵਾਲੇ ਜਵਾਨ ਦੀ ਤਨਖਾਹ 6 ਰੁਪਏ ਮਹੀਨਾ ਸੀ ਜਿਸ ਵਿੱਚੋਂ 1 ਰੁਪਿਆ ਖਰਚ ਕੇ 5 ਰੁਪਏ ਬਚ ਜਾਂਦੇ ਸਨ ਜੋ ਵੱਡੀ ਰਕਮ ਸਮਝੇ ਜਾਂਦੇ ਸਨ ਜੇ ਉਦੋਂ ਪ੍ਰੀਤਮ ਸਿੰਘ 18-20 ਸਾਲ ਦਾ ਹੁੰਦਾ ਤਾਂ ਸੰਭਵ ਸੀ ਫੌਜ ਚ ਭਰਤੀ ਹੋ ਜਾਂਦਾ ਪੰਜਾਬੀ ਛਾਪੇਖਾਨੇ 'ਚ ਫਿਰ ਪਤਾ ਨਹੀਂ ਕੀ ਹੁੰਦਾ ਕੀ ਪਤਾ ਉਹ ਲਾਮ ਤੋਂ ਮੁੜ ਸਕਦਾ ਜਾਂ ਹੋਰ ਨਾ ਵਾਂਗ ਪਹਿਲੀ ਵਿਸ਼ਵ ਜੰਗ ਦੀ ਭੇਟ ਹੀ ਚੜ ਜਾਂਦਾ ਪ੍ਰੀਤਮ ਸਿੰਘ ਨੇ ਪ੍ਰਾਇਮਰੀ ਦੀ ਸਿੱਖਿਆ ਆਰੀਆ ਸਕੂਲ ਗੰਜੀਬਾਰ ਤੋਂ ਹਾਸਲ ਕੀਤੀ ਆਰਥਿਕ ਤੰਗੀ ਕਾਰਨ ਉਹ 6ਵੀਂ ਜਮਾਤ ਤੱਕ ਹੀ ਪੜ ਸਕਿਆ ਪੜਾਈ ਛੱਡ ਕੇ ਕੁਝ ਸਮਾਂ ਮੁਨੀਮੀ ਕਰਨੀ ਪਈ ਪਰਵਾਰਿਕ ਮਾਹੌਲ ਧਾਰਮਿਕ ਮਰਿਆਦਾ ਵਾਲਾ ਸੀ ਨਿਤਨੇਮ ਦੀਆਂ ਬਾਣੀਆਂ ਕੰਠ ਹੋ ਗਈਆਂ ਸਨ ਫਿਰ ਉਹ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਬਣ ਗਿਆ ਉਨੇ ਨਾਮਤਰੀ ਸੰਪਰਤਾ ਦੇ ਪ੍ਰਭਾਵ ਹੇਠ ਸਫੈਦ ਖੱਦਰ ਦੇ ਵਸਤਰ ਧਾਰਨ ਕਰ ਲਏ ਤੇ ساری ਉਮਰ ਨਾਮਤਰੀ ਬਾਣਾ ਪਾਈ ਰੱਖਿਆ ਚਿੱਟਾ ਚੂੜੀਦਾਰ ਪਜਾਮਾ ਚਿੱਟਾ কুর্তা ਸਫੈਦ ਪੋਚਵੀ ਪੱਗ ਉੱਤੋਂ ਦੀ ਕਾਲੀ ਜਾਂ ਕਿਸੇ ਹੋਰ ਰੰਗ ਦੀ ਵਾਸਕਟ ਪਾ ਲੈਂਦਾ ਪਾਗੋ ਨਾਮਤਰੀਆਂ ਵਾਂਗ ਗੋਲ ਬੰਨਣ ਦੀ ਥਾਂ ਸਿੱਧੀ ਪੇਚਦਾਰ ਬੰਦਾ ਸੀ ਮੇਰੇ ਵੇਖਣ ਸਮੇ ਉਹਦੀ ਦਾੜੀ ਵਿੱਚ ਚਿੱਟੇ ਕਬੂਤਰ ਰੰਗੀ ਹੋ ਗਈ ਸੀ ਤੇ ਹਾਸਾ ਵੀ ਚਿੱਟਾ ਹੱਸਦਾ ਸੀ ਜਿਸ ਨਾਲ ਚਿੱਟੇ ਦੰਦ ਚਮਕਦੇ ਮੈਂ ਉਹਨੂੰ ਜਿੰਨੀ ਵਾਰ ਵੀ ਵੇਖਿਆ ਹਮੇਸ਼ਾ ਸਫੈਦ ਪੋਸ਼ਾਕ ਵਿੱਚ ਲਿਸ਼ਕਦਾ ਪੁਸ਼ਕਦਾ ਹੀ ਵੇਖਿਆ ਇੱਕ ਮੁਲਾਕਾਤ 'ਚ ਉਹਨੇ ਦੱਸਿਆ ਸੀ ਕਿ ਮੈਂ ਜਿਸ ਪਿੰਡ 'ਚ ਜੰਮਿਆ ਸੰਤਲਵੰਡੀ ਪਿੰਡਰਾ ਸੀ ਉਹਦਾ ਨਾਮ ਤਹਿਸੀਲ ਨਾਰੋਵਾਲ ਪੈਂਦੀ ਸੀ ਜ਼ਿਲ੍ਹਾ ਸਿਆਲਕੋਟ ਅਸੀਂ 6 ਭੈਣ ਭਰਾ ਸਾਂ ਮੈਂ ਚੌਥੀ ਥਾਂ 'ਮੇ ਸਾਂ ਮੇਰੇ ਤੋਂ ਛੋਟੀਆਂ ਦੋ ਭੈਣਾਂ ਹੋਰ ਹੋਈਆਂ ਮਾਤਾ ਜੀ ਦੱਸਦੇ ਹੁੰਦੇ ਸਨ ਮੇਰੇ ਪਿਤਾ ਜੀ ਦੀ ਹਲਵਾਈ ਦੀ ਦੁਕਾਨ ਸੀ ਪਰ ਮੈਂ ਨਹੀਂ ਵੇਖੀ ਜਦੋਂ ਸੁਰਤ ਸੰਭਾਲੇ ਪਿਤਾ ਜੀ ਰੋਜ਼ਗਾਰ ਦੀ ਤਲਾਸ਼ 'ਚ ਆਰੀਆ ਨਗਰ ਗੰਜੀ ਭਰ ਗਏ ਹੋਏ ਸਨ ਉੱਥੇ ਉਹਨਾਂ ਮੁਰੱਬੇ ਠੇਕੇ ਤੇ ਲਏ ਹੋਏ ਸਨ ਜਦੋਂ ਮੈਂ ਆਰੀਆ ਨਗਰ ਗਿਆ ਤਾਂ ਦੋ ਕੁ ਸਾਲਾਂ ਬਾਅਦ ਉੱਥੇ ਸਕੂਲ ਖੁੱਲ ਗਿਆ ਮੈਨੂੰ ਦਾਖਲ ਕਰਵਾਇਆ ਤਾਂ ਹਿੰਦੀ ਪੜ੍ਹਾਉਂਦੇ ਸਨ ਉੱਥੇ ਤੇ 1922 ਦੀ ਗੱਲ ਦੱਸਣਾ ਵਾਂ ਮੈਂ ਦੂਸਰੀ 'ਚ ਪੜਦਾ ਪਿਆ ਸਾਂ ਤਉ ਉਦੋਂ ਬਾਬਾ ਖੜਕ ਸਿੰਘ ਗੁਰਦੁਆਰਿਆਂ ਦੇ ਸੁਧਾਰ ਲਈ ਦੌਰੇ ਕਰਿਆ ਕਰਦੇ ਸਨ। ਉਹਨਾਂ ਦੀਆਂ ਗੱਲਾਂ ਦਾ ਮੇਰੇ ਮਨ ਤੇ ਬੜਾ ਅਸਰ ਹੋਇਆ। ਮਨ ਕਰੇ ਮੈਂ ਵੀ ਅਮਰਿਤਸਕਾਂ, ਗੱਲ 'ਚ ਕਿਰਪਾਨ ਪਾਵਾਂ। ਉਦੋਂ ਪਿਤਾ ਜੀ ਨਹੀਂ ਮੰਨਿਆ, ਆਖਿਆ ਜੇ ਤੂੰ ਛੋਟਾ ਹੋਈ। ਉਹਨੇ ਖੋਰ ਗੱਲ ਵੀ ਦਸੀ। ਇੱਕ ਵਾਰ ਸੰਤ ਨਿਧਾਨ ਸਿੰਘ ਆਲਮ ਸਾਡੇ ਪਿੰਡ ਆਏ ਸਨ ਢੋਲਕੀ ਤੇ ਛਣਿਆਂ ਨਾਲ ਕੀਰਤਨ ਕਰਿਆ ਕਰਦੇ ਸਨ। ਮੈਂ ਉਹਨਾਂ ਨਾਲ ਢੋਲਕੀ ਵਜਾਉਂਦਾ ਸਾਂ। ਇੱਕ ਦਿਨ ਦੀਵਾਨ ਲੱਗਾ ਸੀ। ਛਣੇ ਵੱਜਦੇ ਪਏ ਸਨ ਸੰਤ ਸੰਗਤ ਮੰਤਰ ਮੁਕਦ ਸੀ ਪਿੰਡ ਦੀ ਇੱਕ ਕੁੜੀ ਆਈ ਮੇਰੀ ਨਜ਼ਰ ਕੁੜੀ ਦੇ ਹੁਸਨ ਤੇ ਹਵਾ ਪਿਆਜ਼ੀ ਚੁੰਨੀ ਚ ਉਲਝ ਗਈ ਢੋਲਕੀ ਵਜਾਂਦਾ ਮੈਂ ਤਾਲੋਂ ਓਖੜ ਗਿਆ ਤੇ ਧਾਰਨਾ ਪੜਦਿਆਂ ਸੰਤਾ ਨੇ ਢੋਲਕੀ ਤੇ ੱੱਪਾ ਮਾਰਿਆ ਤਾਂ ਮੈਂ ਸਹੀ ਤਾਲ ਚ ਆ ਗਿਆ ਐਸੇ ਸੰ ਪਾਪਾ ਜੀ ਬਣਨ ਤੋਂ ਪਹਿਲਾਂ ਬਣੇ ਭਾਈ ਜੀ ਬਣੇ ਪ੍ਰੀਤਮ ਸਿੰਘ ਗੁਲਜ਼ਾਰ ਸਿੰਘ ਸੰਧੂ ਨੇ ਲਿਖਿਆ ਪਾਪਾ ਪ੍ਰੀਤਮ ਸਿੰਘ ਨੇ ਜੀਵਨ ਦੀ ਚੋਗ-ਚੁਗਦਿਆਂ ਧਾਰਮਿਕ ਵੇਸ ਵੀ ਹੰਡਾਇਆ ਤੇ ਗੁਰੂ ਘਰ ਦੀ ਸੇਵਾ ਸੰਭਾਲ ਬਾਣੀ ਅਧਿਐਨ ਤੇ ਮਾਈਆਂ ਬੀਬੀਆਂ ਦੇ ਪੈਰੀਂ ਪੈਣੀ ਵੀ ਸੰਚਾਰ ਵਿਧੀਆਂ ਦੀ ਭਾਲ ਵਿੱਚ ਤੁਰਿਆ ਪ੍ਰੀਤਮ ਸਿੰਘ ਚਪਟੇ ਸਿੱਕਿਆਂ ਉਤੇ ਗੋਲ-ਗੋਲ ਅੱਖਰਾਂ ਦੀ ਦੁਨੀਆ ਵਿੱਚੋਂ ਲੰਘਦਾ ਲਗਾ ਮਾਤਰਾ ਤੇ ਬਿੰਦੀਆਂ ਟਿੱਪੀਆਂ ਨਾਲ ਖੇਡਦਾ ਪੰਜਾਬੀ ਪੁਸਤਕਕਾਰੀ ਦਾ ਨਵਯੁੱਗ ਹੋ ਨਿਬੜਿਆ ਪਾਕਟ ਬੁਕਸ ਲੇਖਕ ਦੀ ਸਮੁੱਚੀ ਰਚਨਾ ਦੀਆਂ ਸੈਂਚੀਆਂ ਤੇ ਮਾਸਿਕ ਰਸਾਲੇ ਆਰਸੀ ਰਾਏ ਉਹ ਪੰਜਾਬੀ ਜਗਤ ਉਤੇ ਅੱਧੀ ਸਦੀ ਤੋਂ ਵੱਧ ਸਮਾਂ ਛਾਇਆ ਰਿਹਾ ਉਹਦੇ ਤੁਰ ਜਾਣ ਪਿੱਛੋਂ ਉਹਦਾ ਵਿੱਡਿਆ ਦਿੱਲੀ ਵਾਲਾ ਪੰਜਾਬੀ ਭਵੰਤੇ ਪ੍ਰੀਤਨਗਰ ਵਾਲੀ ਗੁਰਬਖਸ਼ ਸਿੰਘ ਨਾਨਕ ਸਿੰਘ ਯਾਦਗਾਰ ਉਹਦੀ ਯਾਦ ਨੂੰ ਸਦਾ ਤਾਜ਼ਗੀ ਦਿੰਦੀ ਰਹੇਗੀ ਪਾਪਾ ਪ੍ਰੀਤਮ ਸਿੰਘ ਵੱਲੋਂ ਪਾਈਆਂ ਪੈੜਾਂ ਨੂੰ ਸਮਾਂ ਕਿਵੇਂ ਸੰਭ ਕੇ ਰੱਖਦਾ ਹੈ ਇਹ ਸਮੇਂ ਨੇ ਦੱਸਣਾ ਗੁਰ ਗੁਰਬਚਨ ਸਿੰਘ ਪੁੱਲਰ ਦੇ ਕਥਨ ਮੁਤਾਬਕ ਪੰਜਾਬੀ ਦੀ છਪਾਈ ਦਾ ਇਤਿਹਾਸ ਲਿਖਣਾ ਹੋਵੇ ਤੁਹਾਨੂੰ ਦੋ ਭਾਗਾਂ 'ਚ ਵੰਡਣਾ ਪਏਗਾ ਨਵਯੁਗ ਪ੍ਰੈਸ ਤੋਂ ਪਹਿਲਾਂ ਤੇ ਨਵਯੁਗ ਪ੍ਰੈਸ ਤੋਂ ਪਿੱਛੋਂ ਜਦੋਂ ਆਪਣੇ ਸਾਹਿਤਿਕ ਜੀਵਨ ਦੇ ਮੁੱਢਲੇ ਦੌਰ ਚ ਪੜੀਆਂ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਚ ਇਤੇ ਕਰਦੇ ਆ ਤਾਂ ਘਟਿਆ ਕਸਮੈਲਾ ਨਿਊਜ਼ਪ੍ਰਿੰਟ ਮੋਟਾ ਟਾਈਪ ਪੂਰੇ ਟੁੱਟੇ ਅੱਖਰ ਪ੍ਰੂਫਾਂ ਦੀਆਂ ਗਲਤੀਆਂ ਸੈਟਿੰਗ ਦੀ ਕੁਚੱਜਦਾ ਤੇ ਪਹਿਲੇ ਪੰਨੇ ਪੜਦੇ ਆਂ ਖਿੰਡ ਜਾਣ ਵਾਲੀ ਕੱਚੀ ਜਿਲਦਾਂ ਸਭ ਕੁਝ ਅੱਖਾਂ ਅੱਗੇ ਆ ਜਾਂਦਾ ਹੈ ਸਮੇਂ-ਸਮੇਂ ਛਪਾਈ ਦੇ ਤਕਨੀਕੀ ਵਿਕਾਸ ਦੀਆਂ ਜੋ ਵੀ ਯੁਗਤਾ ਪੰਜਾਬੀ ਚ ਅਪਣਾਉਣੀਆਂ ਸੰਭਵ ਹੋਈਆਂ ਉਹ ਨਵਯੁਗ ਨੇ ਅਪਣਾਈਆਂ ਪੁਸਤਕ ਭਾਵੇਂ ਸੱਜਿਲਦ ਹੁੰਦੀ ਭਾਵੇਂ ਪੇਪਰ ਬੈਗ ਨਵਯੁਗ ਦਾ ਸੁਹੱਪਣ ਚਲਕਣਾ ਹੀ ਹੁੰਦਾ ਸੀ ਪੁਸਤਕਾਂਵਾਂ ਨਵਯੁਗ ਤੋਂ ਛਪੇ ਰਸਾਲੇ ਆਰਸੀ ਨੇ ਆਪਣੇ ਪਹਿਲੇ ਅੰਕ ਨਾਲ ਹੀ ਛਪਾਈ ਪੱਖੋਂ ਪੰਜਾਬੀ ਰਸਾਲਿਆਂ ਲਈ ਪੂਰਨੇ ਪਾ ਦਿੱਤੇ ਸਨ ਗੁਲਜ਼ਾਰ ਸਿੰਘ ਸੰਧੂ ਅਨੁਸਾਰ ਪਾਪਾ ਪ੍ਰੀਤਮ ਸਿੰਘ ਨੂੰ ਤੂੰ ਲਗਦਿਆਂ ਦਾ ਖਵਾਜਾ ਖੇਜਰ ਸੀ। ਉਹਨੇ ਇਹ ਪਦਵੀ ਗੁਰਮੁਖੀ ਅੱਖਰਾਂ ਤੇ ਉਹਨਾਂ ਦੀ ਲਗਾ ਮਾਤਰਾਵੰਦ ਦੇ ਮੋਤੀ ਭਰੋ ਕੇ ਪਾਈ ਸੀ। ਪੰਜਾਬੀ ਛਾਪੇਖਾਨੇ ਦੀ ਦੁਨੀਆ 'ਚ ਉਹਦਾ ਸਥਾਨ 15ਵੀਂ ਸਦੀ ਦੇ ਗੁੱਟਨਬਰਗ ਵਾਲਾ ਉਕਾਜ਼ਾਂ ਦੀ ਠੇਰਾ ਕਿਤਾਬਾਂ ਦੀ ਮਹਿਕ ਮਸ਼ੀਨਾਂ ਦੀ ਮਧੁਰ ਲੈ ਤੇ ਕੰਪੋਜ਼ੀਟਰਾਂ ਦੀ ਇਕਾਗਰਤਾ 'ਚ ਜਿਉਣ ਵਾਲਾ ਜੋੜਾ ਸੀ ਉਸ ਵੇਲੇ ਅਜੋਕੀ ਤਕਨੀਕੀ ਛਪਾਈ ਨਹੀਂ ਸੀ ਚੱਲੀ ਜਦੋਂ ਛਪਾਈ ਤੇ ਜਿਲਦ ਸਾਜੀ ਦੇ ਸੰਸਾਰ 'ਚ ਤਕਨੀਕੀ ਸੌਦਾਂ ਦਾ ਵਾਰਾ ਪੈਰਾਂ ਹੋਣ ਲੱਗਿਆ ਤਾਂ ਪੰਜਾਬੀ ਪੁਸਤਕਕਾਰੀ ਦਾ ਏ ਗੁਟਨਬਰਗ ਆਪਣਾ ਮੁੱਢਲਾ ਕੰਮ ਆਪਣੇ ਚੇਲੇ ਚਰਨਜੀਤ ਸਿੰਘ ਨੂੰ ਸੌਂਪ ਕੇ ਛਪਾਈ ਦਾ ਸਾਰਾ ਕੰਮ ਆਪਣੇ ਮਹਿਰੌਲੀ ਫਾਰਮ ਵਿੱਚ ਬੈਠਿਆਂ ਰਿਮੋਟ ਕੰਟਰੋਲ ਨਾਲ ਕਰਾਉਣ ਲੱਗਾ। ਉਹਦੇ ਵਹਿੰਦੇ ਆ ਵਹਨੇ ਆ ਜिल्ਦ ਸਾਜੀ ਲਈ ਕਾਗਜ਼ਾਂ ਦੀ ਫੋਲਡਿੰਗ ਤੇ ਜੁਸਬੰਦੀ ਹੀ ਤਕਨੀਕੀ ਨਹੀਂ ਹੋਈ। ਕਾਗਜ਼ਾਂ ਨੂੰ ਜੋੜਨ ਵਾਲੀ ਲੇਵੀ ਤੇ ਸੁਰੇਸ਼ ਦੀ ਤਾਂ ਕਈ ਕਿਸਮ ਦੀ ਫੈਵਿਕੋਲ ਵੀ ਆਉਣ ਲੱਗ ਪਈ। ਹੁਣ ਕਾਗਜ਼ਾਂ ਦੇ ਪੀਲੇ ਹੋਣ ਜਾਂ ਪકડ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਅਜੋਕੀਆਂ ਕਿਤਾਬਾਂ ਦੇ ਕਾਗਜ਼ ਦੀ ਸ਼ਕਤੀ ਕਈ ਗੁਣਾ ਵਧ ਗਈ ਹੈ ਤੇ ਗੱਤਾ ਵੀ ਪਹਿਲਾਂ ਨਾਲੋਂ ਕਿਤੇ ਵਧੀਆ ਕਿਸਮ ਦਾ ਤਿਆਰ ਹੋਣ ਲੱਗ ਪਿਆ। ਹੁਣ ਸਿੱਕੇ ਦੇ ਗ੍ਰੇਡ ਕਾਗਜ਼ ਦੀ ਪਕਿਆਈ ਤੇ ਚੰਗੀ ਫੌਂਟ ਦੀ ਚੋਣ ਤੇ ਫਰਮਾ ਬੰਨਣ ਦੀ ਕਾਰੀਗਰੀ ਦੀ ਲੋੜ ਨਹੀਂ ਰਹੀ ਅੱਜ ਦੇ ਯੁੱਗ ਦੀ ਘਟਿਆ ਤੋਂ ਘਟਿਆ ਛਪਾਈ ਤੇ ਜਿਲਦ ਪਾਪਾ ਯੁੱਗ ਦੀ ਜਿਲਦ ਤੇ ਛਪਾਈ ਦਾ ਟਕਰਾ ਕਰਨ ਲੱਗ ਪਈ ਹੈ ਕਿੱਥੇ ਕਿਤਾਬ ਦੀ ਛਪਾਈ ਦਾ ਆਦਿ ਯੁੱਗ ਸੀ ਕਿੱਥੇ ਆਧੁਨਿਕ ਯੁੱਗ ਹੈ ਛਾਪੇਖਾਨੇ ਦੀ ਸਭ ਤੋਂ ਪਹਿਲੀ ਕਿਤਾਬ 1456 ਚੋਂਦ ਚਾਹੀ ਸੀ ਇਹਦੇ ਛਾਪਕ ਗੁੱਟਨਬਰਗ ਨੂੰ ਇਹ ਪੁਸਤਕ ਛਾਪਣ ਚ ਪੂਰੇ 4 ਸਾਲ ਲੱਗੇ ਸਨ ਕਾਗਜ਼ ਦੀ ਕਾਟ ਨਿਕਲਣ ਪਿੱਛੋਂ ਹੱਥ ਲਿਖਤ ਕਿਤਾਬਾਂ ਦਾ ਯੁੱਗ ਭਾਵੇਂ ਬੀਤ ਗਿਆ ਪਰ ਛਪੀ ਕਿਤਾਬ ਦਾ ਰੂਪ ਦਿਨੋਂ ਦਿਨ ਨਿਖਰਦਾ ਗਿਆ 21ਵੀਂ ਸਦੀ ਦੇ ਜੰਮੇ ਜਾਿਆਂ ਨੂੰ ਇਹ ਸਮਝਾਉਣਾ ਮੁਸ਼ਕਿਲ ਹੈ ਕਿ ਪੱਤਿਆਂ ਤੇ ਪੱਥਰਾਂ ਉੱਤੇ ਅੱਖਰ ਬਣਾਉਣ ਵਾਲਿਆਂ ਤੋਂ ਪਿੱਛੋਂ ਸਿੱਕੇ ਦੇ ਉਡੇ ਆੜੇ ਤੇ ਉਹਨਾਂ ਦੇ ਉੱਪਰ ਥੱਲੇ ਬਿੰਦੀਆਂ ਤੇ ਟਿੱਪੀਆਂ ਨੂੰ ਥਾਂ ਸਿਰ ਬੀੜਨਾ ਤੇ ਛਾਪਣ ਉਪਰੰਤ ਮੁੜ ਉਹਨਾਂ ਦੇ ਜੱਦੀ ਖਾਨਿਆਂ 'ਚ ਟਿਕਾਉਣਾ ਕਿੰਨਾ ਧਿਆਨ ਮੰਗਦਾ ਸੀ ਇਹ ਕੰਮ ਮਹੀਨ ਕਸਿਦਾਕਾਰੀ ਤੇ ਕਸਬੀ ਕਲਾਕਾਰੀ ਤੋਂ ਘੱਟ ਨਹੀਂ ਸੀ ਪਾਪਾ ਪ੍ਰੀਤਮ ਸਿੰਘ ਨੇ ساری ਉਮਰ ਇੱਕ ਕਸਬੀ ਕਲਾਕਾਰੀ ਕੀਤੀ ਉਹਨੇ ਆਪਣੇ ਜੀਵਨ ਕਾਲ ਚੱਖਰਾਂ ਦੀ ਜੜਤ ਗੁਣਤ ਸਿਆਹੀ ਦੀ ਸਾਮੀ ਪਟਾ ਦਾਬ ਅੱਖਰਾਂ ਤੇ ਲਾਈਨਾਂ ਦੇ ਆਪਸੀ ਅੰਤਰ ਤੇ ਨਿੱਕੇ ਵੱਡੇ ਢਿੱਡੇ ਮਿੱਡੇ ਫੌਂਟਾਂ ਦੀ ਠੀਕ ਤੇ ਟੁਕਵੀਂ ਪਛਾਣ ਕਰਨ ਲਈ ਜਿਨਨੇ ਅਜੈਬ ਸਿੰਘ ਤੇ ਰੌਣਕ ਸਿੰਘ ਵਰਗੇ ਕੰਪੋਜ਼ਿਟ ਟ੍ਰਾਂ ਤੇ ਮਸ਼ੀਨ ਮੈਨ ਤਿਆਰ ਕੀਤੇ ਉਹ ਪੰਜਾਬੀ ਛਾਪੇਖਾਨੇ ਦੀ ਦੁਨੀਆ 'ਚ ਇਤਿਹਾਸਿਕ ਦਰਜਾ ਰੱਖਦੇ ਹਨ ਇਹ ਉਹ ਯੁੱਗ ਸੀ ਜਦੋਂ ਸਾਰੀ ਦੀ ਸਾਰੀ ਕੰਪੋਜ਼ਿੰਗ ਹੱਥਾਂ ਨਾਲ ਹੋਇਆ ਕਰਦੀ ਸੀ ਸਮੁੱਚੀ ਛਪਾਈ ਲੈਟਰ ਪ੍ਰੈਸ 'ਤੇ ਹੁੰਦੀ ਸੀ ਉਸ ਜ਼ਮਾਨੇ ਪ੍ਰੀਤਮ ਸਿੰਘ ਦੇ ਸੋਹ ਸਹਿਜ ਤੇ ਸਿਰੜ ਦਾ ਕੋਈ ਸਾਨੀ ਨਹੀਂ ਸੀ ਇਸੇ ਕਰਕੇ ਗੁਲਜ਼ਾਰ ਸਿੰਘ ਸੰਦੂ ਨੇ ਲਿਖਿਆ ਪ੍ਰੀਤਮ ਸਿੰਘ ਨਾਲ ਮੇਰੀ ਸਾਂਝ ਹੁਸਨ ਦੀ ਸੀ ਇਸ਼ਕ ਦੀ ਨਹੀਂ ਉਹ ਨਿਰਮਲ ਪਾਣੀਆਂ ਦਾ ਤੈਰ ਤਾਰਕ ਸੀ ਤੇ ਮੈਂ ਗੰਧਲੇ ਚੱਕਰ ਚੀ ਤੁਰਦਾ ਰਿਹਾ ਉਹ ਆਪਣੀ ਕਰਨੀ ਕਥਨੀ ਤੇ ਦਿੱਖ ਨੂੰ ਧੋ ਸਵਾਰ ਕੇ ਇਸਤਰੀ ਕਰਕੇ ਰੱਖਦਾ ਸੀ। ਉਹਨੇ ਪੁਸਤਕ ਦੇ ਸੋਝ ਨੂੰ ਪੁਸਤਕ ਦੀ ਬਾਹਰੀ ਦਿੱਖ ਤੱਕ ਹੀ ਸੀਮਤ ਨਹੀਂ ਰੱਖਿਆ। ਉਹਨੇ ਛਾਪੇਖਾਨੇ ਦੇ ਕਸਬ ਦੇ ਸਿਖਰਾਂ ਛੋਂ ਪਿੱਛੋਂ ਨਵਯੁਗ ਦੇ ਨਾਂ ਥੱਲੇ ਪ੍ਰਕਾਸ਼ਨ ਦਾ ਕੰਮ ਸ਼ੁਰੂ ਕੀਤਾ ਤਾਂ ਕਿਤਾਬ 'ਚ ਦਿੱਤੀ ਜਾ ਰਹੀ ਸਮਗਰੀ ਯਾਨੀ ਪੁਸਤਕ ਦੀ ਰੂਹ ਹਲ ਵੀ ਉਹ ਨਹੀਂ ਧਿਆਨ ਦਿੰਦਾ। ਪਾਪਾ ਪ੍ਰੀਤਮ ਸਿੰਘ ਪਿਆਉ ਲਾਉਣ ਵਾਲਾ ਖੁਆਜਾ ਹੀ ਨਹੀਂ ਪੰਜਾਬੀ ਪ੍ਰਕਾਸ਼ਨ ਦਾ ਵੀ ਖੁਆਜਾ ਖੇਜਰ ਸੀ। ਆਪਣੇ ਘਰੋਂ ਦਾ ਪਹਿਲਾ ਕੰਮ ਸਵੇਰੇ 5 ਵਜੇ ਉੱਠ ਕੇ ਬਾਹਰਲੇ ਦਰਵਾਜ਼ੇ ਦਾ ਤਾਲਾ ਖੋਲਣਾ ਹੁੰਦਾ ਸੀ। ਇਸ ਦਰਵਾਜ਼ੇ ਰਹੀਂ ਗੜਵੇ ਗਾਗਰਾਂ ਪੀਪੀਆਂ ਪਤੀਲੇ ਤੇ ਪਲਾਸਟਿਕ ਦੇ ਨਿੱਕੇ ਵੱਡੇ ਬਰਤਨਾਂ ਵਾਲੇ ਇਸ ਘਰ ਦੀ ਬਾਹਰਲੀ ਟੂਟੀ ਤੋਂ ਏਦਾਂ ਪਾਣੀ ਭਰ ਲਾਉਂਦੇ ਜਿਵੇਂ ਨਲਕਾ ਕਮੇਟੀ ਵਾਲੇ ਆਉਂਦਾ ਹੋਵੇ। ਸਭ ਦਾ ਆਪਣਾ ODE ਮਹਿਰੋਲੀ ਵਾਲੇ ਫਾਰਮ ਦਾ ਨਜ਼ਾਰਾ ਇਤੋਂ ਵੀ ਦਿਲਕਾਸ਼ ਹੁੰਦਾ ਸੀ। ਫਾਰਮ ਦੇ ਸਾਹਮਣੇ ਸੜਕ ਕੰਡੇ ਸਿਕਲੀ ਗਿਰਾ ਨੇ ਆਪਣੇ ਤੰਬੂ ਗੱਡੇ ਹੁੰਦੇ ਸੀ। ਪੌਫਟਾਲਾ ਹੁੰਦੇ ਸਰ ਬੱਚੇ ਤੇ ਬੁੱਢੀਆਂ ਰੰਗਦਾਰ ਘਗਰੀਆਂ ਚੋਲੀਆਂ ਪਹਿਨੀਆਂ ਪੋ ਆਪਣੇ ਬਰਤਨਾਂ ਚ ਪ੍ਰੀਤਮ ਸਿੰਘ ਦੇ ਟਿਊਬਲ ਤੋਂ ਪਾਣੀ ਭਰਨ ਤੁਰੇ ਰਹਿੰਦੇ ਪੰਜਾਬੀ ਛਾਪੇਖਾਨੇ ਦੀ ਦੁਨੀਆ ਚ ਉਹਦਾ ਸਥਾਨ 15ਵੀਂ ਸਦੀ ਦੇ ਗੁਟਨਬਰਗ ਵਾਲਾ ਤੇ ਲੋਕਾਚਾਰ ਅਨੁਸਾਰ ਖੁਆਜਾ ਖੇਜ਼ਰ ਵਾਲਾ ਸੀ। ਪ੍ਰੀਤਮ ਸਿੰਘ 14 ਸਾਲ ਦੀ ਉਮਰ ਵਿੱਚ ਹੀ ਰੋਜ਼ਗਾਰ ਦੇ ਗੇਟ 'ਚ ਪੈ ਗਿਆ ਸੀ। ਪਹਿਲਾਂ ਮੁਨੇਮ ਬਣਿਆ, ਫਿਰ ਗੁਰਦੁਆਰੇ ਦਾ ਗ੍ਰੰਥੀ, ਫਿਰ ਛਾਪੇਖਾਨੇ ਦੇ ਧੰਦੇ 'ਚ ਗਲ-ਗਲ ਤੱਕ ਧਸ ਗਿਆ। ਸਭ ਤੋਂ ਪਹਿਲਾਂ ਚਰਨ ਸਿੰਘ ਸ਼ਹੀਦ ਦੇ ਪਰਚੇ ਮੋਜੀ, ਫਿਰ ਗਿਆਨੀ ਹੀਰਾ ਸਿੰਘ ਦਰਦ ਦੇ ਰਸਾਲੇ ਫੁੱਲਵਾੜੀ ਤੇ ਉਸ ਵਿੱਚੋਂ ਸੱਜਣ ਸਿੰਘ ਮਰਗਿੰਦਪੁਰੀ ਦੇ ਪਰਚੇ ਅਕਾਲੀ ਪੱਤਰਕਾ ਦੇ ਛਾਪੇਖਾਨਿਆਂ 'ਚ ਡਿਸਟ੍ਰੀਬਿਊਟਰ ਤੋਂ ਲੈ ਕੇ ਕੰਪੋਜ਼ਿੰਗ ਤੱਕ ਦਾ ਕੰਮ ਕਰਦਾ ਰਿਹਾ। 22 ਸਾਲ ਦੀ ਉਮਰ ਤੋਂ ਲਾਹੌਰ ਦੇ ਦਰਬਾਰ ਪ੍ਰੈਸ ਦਾ ਮੁਖੀ ਬਣ ਗਿਆ ਉਸੇ ਪ੍ਰੈਸ ਵਿੱਚ ਗੁਰਬਖਸ਼ ਸਿੰਘ ਦਾ ਮਾਸਿਕ ਪੱਤਰ ਪ੍ਰੀਤ ਲੜੀ ਛਪਦਾ ਸੀ ਉੱਥੇ ਉਹਦਾ ਗੁਰਬਖਸ਼ ਸਿੰਘ ਨਾਲ ਮੇਲ ਹੋਇਆ 1938 ਚ ਉਹ ਪ੍ਰੈਸ ਗੁਰਬਖਸ਼ ਸਿੰਘ ਨੇ ਖਰੀਦ ਕੇ ਪ੍ਰੀਤਨਗਰ ਲੈ ਆਂਦਾ ਜਿਸ ਨਾਲ ਪ੍ਰੀਤਮ ਸਿੰਘ ਵੀ ਪ੍ਰੀਤਨਗਰ ਪਹੁੰਚ ਗਿਆ ਤੇ ਪ੍ਰੀਤਨਗਰੀਏ ਬਣ ਗਿਆ ਪ੍ਰੀਤਨਗਰ ਨੂੰ ਲੇਖਕਾਂ ਦਾ ਮੱਕਾ ਕਿਹਾ ਜਾਂਦਾ ਹੈ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਅਮਰੀਕਾ ਤੋਂ ਪਰਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਸਨ 1938 7 ਜੂਨ ਨੂੰ ਪ੍ਰੀਤਨਗਰ ਦੀ ਮੂੜੀ ਗੱਡੀ ਸੀ ਤਾਂ ਕਿ ਲਾਹੌਰ ਤੇ ਅੰਮ੍ਰਿਤਸਰ ਵਿੱਚ ਘਰੋਂ ਪ੍ਰੀਤ ਦਾ ਸੁਨੇਹਾ ਸਾਰੀ ਦੁਨੀਆ ਨੂੰ ਪਹੁੰਚਾਇਆ ਜਾ ਸਕੇ ਉਥੇ 4 ਕੁ 100 ਕੁ ਮਾ ਜ਼ਮੀਨ ਧਨੀ ਰਾਮ ਚਾਤਰੀਕਰਾਂ ਲੋਪੋਕਰ ਦੇ ਪਿੰਡ ਦੌਲਤ ਰਾਮ ਤੋਂ ਖਰੀਦੀ ਗਈ ਜੋ ਪਹਿਲਾਂ ਬਾਦਸ਼ਾਹ ਜਹਾਂਗੀਰ ਦਾ ਆਰਾਮਗਾਹ ਹੁੰਦੀ ਸੀ ਉਹ ਲਾਹੌਰ ਤੋਂ ਕਸ਼ਮੀਰ ਜਾਂਦੇ ਆ ਪਹਿਲੇ ਪੜਾਵ ਵੱਜੋਂ ਇੱਥੇ ਠਹਿਰਦਾ ਸੀ ਉਥੇ 35 ਵਿਗਿਆ ਦਵਾਲੇਵਲੀ 4 ਕੋ ਫੁੱਟ ਚੌੜੀ ਤੇ 8 ਕੋ ਫੁੱਟ ਉੱਚੀ ਫਸੀਲ ਸੀ ਵਿੱਚ ਘਰ ਇੱਕ ਤਲਾ ਨਾਨਕ ਸ਼ਹੀਦਾਂ ਦੀ ਬਣੀ ਦੋ ਮੰਜ਼ਲੀ ਹਵੇਲੀ ਤੇ ਖੂਬ ਸੀ ਜੋ ਸਮੇਂ ਦੀ ਮਾਰ ਨਾਲ ਉਜੜ ਪੁੱਜੜ ਗਏ ਸਨ ਫਸੀਲ ਦੀ ਰਹਿਨ ਖੂਨ ਤੋੜ ਕੇ ਪ੍ਰੀਤਨਗਰ ਦੀਆਂ 8 ਕੋਠੀਆਂ ਬਣਾਈਆਂ ਗਈਆਂ ਜਿਨ੍ਹਾਂ 'ਚ ਦੋ-ਦੋ ਪਰਿਵਾਰ ਵਸਾਏ ਗਏ 1938 'ਚ ਜਿਹੜਾ ਪ੍ਰੀਤ ਲੜੀ ਕਾਫਲਾ ਸਭ ਤੋਂ ਪਹਿਲਾਂ ਉੱਥੇ ਪੁੱਜਿਆ ਉਸ ਚ ਗੁਰਬਖਸ਼ ਸਿੰਘ ਪ੍ਰੀਤ ਲੜੀ ਨਵਲਕਰ ਨਾਨਕ ਸਿੰਘ ਗਿਆਨੀ ਹਰਪ੍ਰਜਨ ਸਿੰਘ ਦੀਨदयाल ਕਰਤਾਰ ਸਿੰਘ ਸੱਚਦੇਵ ਡੀਜੀ ਢਾਵਰ ਚਮਨ ਲਾਲ ਅਮਰ ਸਿੰਘ ਬਖਸ਼ੀਸ਼ ਸਿੰਘ ਗੁਰਬਚਨ ਸਿੰਘ ਖੁਰਾਣਾ ਦਲੀਪ ਸਿੰਘ ਤਾਰਾ ਸਿੰਘ ਮਲੋਤਰਾ ਹਰਚਰਨ ਸਿੰਘ ਪਿਆਰਾ ਸਿੰਘ ਸਹਿਰਾਈ ਕਹਾਣੀਕਾਰ ਨੌਰੰਗ ਸਿੰਘ ਪਿਆਰਾ ਸਿੰਘ ਦਾਤਾ ਤੇ ਪ੍ਰੀਤਮ ਸਿੰਘ ਆਦਿ ਸ਼ਾਮਲ ਸਨ ਬਾਅਦ ਵਿੱਚ ਤਾਂ ਬਲਰਾਜ ਸਾਨੀ ਤੇ ਸ਼ੋਭਾ ਸਿੰਘ ਆਰਟਿਸਟ ਹੋਰਾਂ ਨੇ ਵੀ ਪ੍ਰੀਤਨਗਰ ਚ ਕੁਠੀਆਂ ਬਣਾਈਆਂ ਜੋ ਹੁਣ ਅਧ ਠਟੀਆਂ ਜੀਆਂ ਰਹਿ ਗਈਆਂ ਹਨ ਪ੍ਰੀਤਨਗਰ ਪ੍ਰੈਸ ਵਿੱਚ ਪ੍ਰੀਤਮ ਸਿੰਘ ਨਾਲ ਮਹੇਸ਼ਵਰ ਸਿੰਘ ਨਾਂ ਦਾ ਇੱਕ ਅਲੂਆ ਜਿਹਾ ਮੁੰਡਾ ਵੀ ਕੰਮ ਕਰਦਾ ਸੀ ਉਨੇ ਅੰਬਰਸਰੀ ਪਾਪਿਆ ਵਾਂਗ ਆਪਣੇ ਨਾਲੋਂ ਉਮਰ ਚ ਵੱਡੇ ਪ੍ਰੀਤਮ ਸਿੰਘ ਨੂੰ ਪਾਪਾ ਜੀ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਉਹ ਸੰਬੋਧਨ ਅੱਗੇ ਵੱਧਦਾ ਵੱਧਾ ਇੰਨਾ ਵੱਧ ਗਿਆ ਕਿ ਪ੍ਰੀਤਨਗਰ ਚ ਸਾਰੇ ਪ੍ਰੀਤਮ ਸਿੰਘ ਨੂੰ ਪਾਪਾ ਜੀ ਕਹਿਣ ਲੱਗ ਪਏ ਉਦੋਂ ਉਹਦੀ ਉਮਰ ਸਿਰਫ 24 ਕਸਾਲਾਂ ਦੀ ਸੀ ਕਹਿੰਦੇ ਆ ਵੀ ਇੱਕ ਦਿਨ ਨਾਨਕ ਸਿੰਘੁਰ ਬਖ ਸਿੰਘ ਮੁਲਕ ਰਾਜ ਆਨੰਦ ਤੇ ਪ੍ਰੀਤਮ ਸਿੰਘ ਤਾਸ਼ ਖੇਡਣ ਲਈ ਇਕੱਠੇ ਹੋਏ ਤਾਂ ਮੁਲਕ ਰਾਜ ਆਨੰਦ ਨੇ ਵੀ ਪ੍ਰੀਤਮ ਸਿੰਘ ਨੂੰ ਪਾਪਾ ਜੀ ਆਖ ਦਿੱਤਾ ਪ੍ਰੀਤਮ ਸਿੰਘ ਦੇ ਮੱਥੇ ਤੇ ਹੱਥ ਮਾਰਦਿਆਂ ਗਿਆ ਤੁਸੀਂ ਵੀ ਪਾਪਾ ਜੀ ਆਖਣ ਲੱਗ ਪਏ ਹੋ ਏਹਨਾਂ ਤੱਕ ਕਵੀਸ਼ਰ ਜੀ ਤੇ ਸਰਦਾਰ ਜੀ ਵੀ ਪਾਪਾ ਜੀ ਆਖਣ ਲੱਗ ਪੈਣਗੇ ਕਵੀਸ਼ਰ ਜੀ ਨਾਨਕ ਸਿੰਘ ਸਰਦਾਰ ਜੀ ਗੁਰਬਖ ਸਿੰਘ ਉਹਨਾਂ ਨੂੰ ਸ਼ਾਇਦ ਕਦੇ ਪਾਪਾ ਜੀ ਆਖ ਕੇ ਨਾ ਬੁਲਾਇਆ ਹੋਵੇ ਪਰ ਬਾਕੀ ਜੱਗ ਜਹਾਨ ਲਈ ਛੜਾ ਛਾਂ ਪ੍ਰੀਤਮ ਸਿੰਘ ਪਾਪਾ ਜੀ ਬਣ ਗਿਆ ਉਦੋਂ ਦਾ ਚੰਬੜਿਆ ਪਾਪਾ ਜੀ ਦਾ ਲਕਬ ਫਿਰ ساری ਉਮਰ ਨਹੀਂ ਲੱਥਾ ਜਿਵੇਂ ਪਾਪਾ ਪ੍ਰੀਤਮ ਸਿੰਘ ਨੇ ਕਿਤਾਬਾਂ ਨੂੰ ਸੋਝ ਬਖਸ਼ਿਆ ਉਵੇਂ ਉਹਨੇ ਕਦੇ ਕਦਾਈ ਮਾੜੇ ਅਰਥਾਂ 'ਚ ਵਰਤੇ ਜਾਂਦੇ ਸ਼ਬਦ ਪਾਪਾ ਨੂੰ ਵੀ ਸੋਝਮਈ ਅਰਥਾਂ ਵਾਲਾ ਬਣਾ ਦਿੱਤਾ ਨਵਯੁਗ ਪ੍ਰੈਸ ਤੇ ਨਵਯੁਗ ਪ੍ਰਕਾਸ਼ਨ ਤੋਂ ਬਾਅਦ ਪਾਪਾ ਜੀ ਨੇ 1958 ਵਿੱਚ ਆਰਸੀ ਰਸਾਲਾ ਸ਼ੁਰੂ ਕੀਤਾ ਸਮੇਂ ਦੀ ਪ੍ਰਸਿੱਧ ਕਵਿਤਰੀ ਅਮਰਤਾ ਪ੍ਰੀਤਮ ਨੂੰ ਉਹਦਾ ਨਿਗਰਾਨ ਬਣਾਇਆ ਗਿਆ ਬਲਵੰਤ ਗਾਰਗੀ ਕਰਤਾਰ ਸਿੰਘ ਦੁੱਗਲ ਸੰਤੋਖ ਸਿੰਘ ਧੀਰ ਦਵਿੰਦਰ ਸਤਿਆਰਥੀ ਸੁਖਬੀਰ ਗੁਰਬਚਨ ਸਿੰਘ ਭੁੱਲਰ ਤੇ ਗੁਲਜ਼ਾਰ ਸਿੰਘ ਸੰਧੂ ਵਰਗੇ ਨਾਮਵਰ ਲੇਖਕ ਮੁੱਢ ਤੋਂ ਇਸ 'ਚ' ਛਪਣੇ ਸ਼ੁਰੂ ਹੋ ਗਏ। ਪਹਿਲੇ ਅੰਕ 'ਚ ਪੁਸ਼ਕਿੰਦ ਦੇ ਨਾਵਲ ਕਪਤਾਨ ਦੀ ਤੀਦਾ ਇਸ਼ਤਿਹਾਰ ਵੀ ਛਾਪਿਆ ਗਿਆ। ਰਸਾਲੇ ਦੀ ਕੀਮਤ 98 ਯਾਨੀ 50 ਪੈਸੇ ਰੱਖੀ ਗਈ। ਸੰਪਾਦਕੀ 'ਚ ਲਿਖਿਆ ਗਿਆ ਸਾਡੇ ਬਹੁਤ ਸਾਰੇ ਪਾਠਕ ਕਹਾਣੀ ਸੰਗ੍ਰਹਿ ਖਰੀਦਣ ਲਈ 2.5-3 ਰੁਪਏ ਖਰਚਣੋਂ ਵੀ ਕੰਨੀ ਘਤਰਾਉਂਦੇ ਐ। ਇਸੇ ਕਾਰਨ ਉਹ ਆਮ ਤੌਰ ਤੇ ਸਾਡੇ ਪ੍ਰਸਿੱਧ ਲਿਖਾਰੀਆਂ ਦੀਆਂ ਕਿਰਤਾਂ ਪੜਨ ਤੋਂ ਵਿਰਵੇ ਰਹਿੰਦੇ ਐ। ਉਨਾ ਚੰਗੇ ਪਾਠਕਾਂ ਲਈ ਇਹ ਪਰਚਾ ਬੜਾ ਮਦਦਗਾਰ ਹੋਏਗਾ ਜਿਹੜੀ ਲਿਖਤ ਛਾਪਣ ਦਾ ਮਾਨ ਅਸੀਂ ਨਹੀਂ ਲੈ ਸਕਾਂਗੇ ਉਹ ਬੜੇ ਆਦਰ ਤੇ ਯੋਗ ਸੁਝਾਵਾਂ ਸਹਿਤ ਵਾਪਸ ਕਰ ਦੇਵਾਂਗੇ ਇਸ ਤੋਂ ਪਹਿਲਾਂ ਅੰਕ ਵਿੱਚ ਹੀ ਨਿਮਰਤਾ ਸਹਿਤ ਐਲਾਨ ਕਰ ਦਿੱਤਾ ਗਿਆ ਸੀ ਕਿ ਆਰ ਸੀਟ ਕੇਵਲ ਮਿਆਰੀ ਪੱਦਰ ਦੀਆਂ ਲਿਖਤਾਂ ਹੀ ਛਪ ਸਕਣਗੀਆਂ ਸਾਹਿਤਿਕ ਮਿਆਰ ਤੋਂ ਨੀਵੇਂ ਪੱਦਰ ਦੀਆਂ ਲਿਖਤਾਂ ਨੂੰ ਵਾਪਸ ਕਰ ਦਿੱਤਾ ਜਾਏਗਾ ਇਹ ਤੋਂ ਸਪਸ਼ਟ ਸੀ ਕਿ ਰਸਾਲਾ ਚੰਗੇਰਾ ਸਾਹਿਤ ਛਾਪਣ ਲਈ ਹੀ ਸ਼ੁਰੂ ਕੀਤਾ ਗਿਆ ਸੀ ਲਗਾਤਾਰ 42 ਸਾਲੇ ਰਸਾਲਾ ਚਲਾ ਕੇ ਜੂਨ 2000 ਚ ਪਾਪਾ ਜੀ ਨੇ ਇਹਦਾ ਆਖਰੀ ਅੰਗ ਕੱਢਦਿਆਂ ਆਰਸੀ ਬੰਦ ਕਰ ਦਿੱਤਾ ਅਖੀਰਲਾ ਸੰਪਾਦਕੀ ਨੋਟ ਸੰਤੁਸ਼ਟਮਾਨਾ ਲਿਖਿਆ ਜਿਸ ਰਾਈ ਪਾਠਕਾਂ ਤੋਂ ਅਲਵਿਦਾ ਮੰਗੀ ਮੈਂ ਸਮਝਦਾ ਕਿ ਆਰਸੀ ਨੇ ਜੋ ਦੇਣਾ ਸੀ ਦੇ ਚੁੱਕੀ ਹੈ ਹੁਣ ਤਾਂ ਐਵੇਂ ਵੱਧ ਧੰਦ ਪਿੱਟਣਾ ਹੈ ਜੋ ਰੋਲ ਅਦਾ ਕਰਨ ਲਈ ਇਹਦਾ ਜਨਮ ਹੋਇਆ ਸੀ ਉਹ ਅਦਾ ਕਰ ਚੁੱਕੀ ਹੈ ਇਹਨੂੰ ਹੋਰ ਚੰਗੇਰਾ ਬਣਾਉਣ ਦੀ ਸਮਰੱਥਾ ਮੈਨੂੰ ਆਪਣੇ ਚੰਨੀ ਜਾਂਦੀ ਤੇ ਸਮੇਂ ਦੇ ਹਾਣੀ ਬਣਨ ਤੋਂ ਥੋੜਾ ਵੀ ਘਟ ਕਦ ਮੈਨੂੰ ਪਰਵਾਹ ਨਹੀਂ ਮੇਰਾ ਅਨੁਭਵ ਕੁਝ ਇਸ ਤਰ੍ਹਾਂ ਦਾ ਹੈ ਆਰ ਸੀ ਕਿਸੇ ਆਸ਼ੇ ਨੂੰ ਮੁਖ ਰੱਖ ਕੇ ਸਾਹਿਤਿਕ ਪੜ ਵਿੱਚ ਉਤਰੀ ਸੀ ਉਦੋਂ ਸਿਰਫ ਪ੍ਰੀਤ ਲੜੀ ਹੀ ਇੱਕ ਲੋਕਪ੍ਰੀਤ ਤੇ ਉੱਚ ਕੋਟੀ ਦਾ ਪਰਚਾ ਸੀ ਸਾਹਿਤਕਾਰਾਂ ਦਾ ਘੇਰਾ ਕਾਫੀ ਵਿਸ਼ਾਲ ਸੀ ਉਹਨਾਂ ਦੇ ਸੁਪਨੇ ਤੇ ਲੋੜ ਤੋਂ ਵੀ ਮੈਨੂੰ ਪ੍ਰੇਰਣਾ ਮਿਲੀ ਤੇ ਕੁਝ ਕਰਨ ਦੀ ਲੱਲਨੇ ਵੀ ਮੈਨੂੰ ਟੰਬਿਆ ਸੀ ਮੈਂ ਸਾਹਿਤ ਰਸੀਆਂ ਰਸੀਆਂ ਸਾਹਿਤਕਾਰਾਂ ਲਈ ਮੇਰੇ ਦਿਲ 'ਚ ਪਿਆਰ ਤੇ ਸ਼ਰਧਾ ਸੀ ਤੇ ਸਾਹਿਤਿਕ ਰੁਚੀਆਂ ਵਾਲੇ ਪਾਟਕਾਂ ਦੇ ਘੇਰੇ ਨੂੰ ਵੀ ਥੋੜਾ ਬਹੁਤ ਵਿਸ਼ਾਲਣ ਦੀ ਰੀਤ ਸੀ ਪੁਰਾਣੇ ਪੱਤੇ ਝੜਦੇ ਤੇ ਨਵੇਂ ਪੁੰਗਰਦੇ ਰਹਿੰਦੇ ਹਨ ਆਰਸੀ ਬੁੱਢਾਪਾ ਆਏ ਤੋਂ ਬਿਨਾ ਜੋ ਬਨ ਰੁੱਤੇ ਤੁਰ ਜਾਣਾ ਬਿਹਤਰ ਸਮਝਦੀ ਹੈ ਆਰਸੀ ਨਾਲ ਇੱਕ ਜ਼ਬਾਨ ਹੋ ਕੇ ਮੈਂ ਆਪਣੇ ਲੇਖਕ ਪਰਾਵਾਂ ਪੈਣਾ ਤੇ ਪਿਆਰੇ ਪਾਟਕਾਂ ਤੋਂ ਖਿਮਾ ਦਾ ਜਾਚਕਾਂ ਤੇ ਉਹਨਾਂ ਨਾਲ ਪੂਰੀ ਨਿਮਰਤਾ ਤੇ ਮੋਹ ਨਾਲ ਹੱਥ ਮਿਲਾਉਂਦਿਆਂ ਅਲਵਿਦਾ ਦੀ ਆਗਿਆ ਚਾਹੁੰਦਾ ਹਾਂ ਉਹਨਾਂ ਦਿਨਾਂ 'ਚ ਪਾਪਾ ਜੀ ਦੇ ਤਨ ਮਨ ਦੀ ਹਾਲਤ ਦਰਸਾਉਂਦੀ ਇੱਕ ਚਿੱਠੀ ਦੀਆਂ ਕੁਝ ਸਤਰਾਂ ਪੇਸ਼ ਹਨ ਜੋ ਉਹਨਾਂ ਨੇ 85 ਸਾਲ ਦੀ ਉਮਰ 'ਚ 27 499 ਨੂੰ ਵੀ ਬੀ ਕਲਾਸ਼ ਪੂਰੀ ਜਿਹਦਾ ਪਤੀ ਦੇ ਗੁੱਚੇ ਚ ਦਿਲ ਤਰਉਣ ਲਈ ਲਿਖੀ ਸੀ ਸੋਚਦੇ ਆਂ ਇਹ ਦੁਨੀਆ ਕੀ ਐ ਸਾਰਾ ਪਸਾਰਾ ਕਾਦੇ ਲਈ ਪਰ ਮਨੁੱਖ ਵਿੱਚ ਜੀਵਨ ਦੀ ਸਦੀਵੀ ਤਾੰਗ ਅਮਟ ਐ ਅਸੀਂ ਆਪਣੇ ਅੰਦਰਲੀ ਪਰਮਾਤਮਾ ਨੂੰ ਦੁੱਖ ਵੀ ਤਾਂ ਨਹੀਂ ਦੇ ਸਕਦੇ ਸਿਰਫ ਉਹਦੀ ਰਜ਼ਾਤ 'ਚ ਰਹਿ ਕੇ ਹੀ ਸੁੱਖ ਮਹਿਸੂਸ ਕਰ ਸਕਦੇ ਆ ਮੈਂ ਪਹਿਲੀ ਉਮਰ ਗੁਰਬਾਣੀ ਰਟਣ ਚ ਲਾਈ ਜਿੰਨੀ ਪੜਾਈ ਉਸ ਵੇਲੇ ਸੰਭਵ ਸੀ ਕੀਤੀ 33 ਤੋਂ ਲੈ ਕੇ ਹੁਣ ਤੱਕ ਸਰੀਰਕ ਤੌਰ ਤੇ ਰੱਜ ਕੇ ਮਿਹਨਤ ਕੀਤੀ ਕਾਗਜ਼ ਕਾਲੇ ਕਿਤੇ ਗਿਆਨ ਵੰਡਿਆ ਜ਼ਿੰਦਗੀ ਨੂੰ ਰੱਜ ਕੇ ਜੀਵਿਆ ਪੈਸਾ ਨਹੀਂ ਜੋੜਿਆ ਦੋਸਤੀ ਤੇ ਪਿਆਰ ਨਾਲ ਭੈਣਾ ਭਰਾਵਾਂ ਤੇ ਦੋਸਤਾਂ ਨੇ ਮੈਨੂੰ ਦੌਲਤ ਦੇ ਖਜ਼ਾਨਿਆਂ ਨਾਲ ਭਰਪੂਰ ਕਰ ਦਿੱਤਾ ਹੁਣ ਕੁਝ ਸਾਲ ਰੱਬ ਤੋਂ ਹੋਰ ਮੰਗੇ ਹਨ ਜੇ ਉਸ ਮਿਹਰ ਕੀਤੀ ਤਾਂ ਉਹਦੀ ਬਖਸ਼ਿਸ਼ ਪਰ ਜੇ ਉਹਨੂੰ ਲੋੜ ਪਾਸੀ ਤਾਂ ਰੱਬ ਰੱਖਾ ਉਹ ਬੜਾ ਨਿਮਰ ਮੈਨਤੀ ਤੇ ਹਿੰਮਤੀ ਇਨਸਾਨ ਸੀ ਸਹਿਜ ਤੇ ਸਾਦਗੀ ਦੀ ਮੂਰਤ ਪੰਜਾਬੀ ਲੇਖਕਾਂ ਦੀ ਭਲਾਈ ਲਈ ਜੋ ਨਹੀਂ ਸੋਕਰਨ ਤੱਕ ਜਾਂਦਾ ਸੀ ਉਹਦੀ ਸ਼ਖਸੀਅਤ ਪਹਿਲਾ ਨਾਮ ਧਾਰੀ ਸੰਗਤ ਤੇ ਪਿਛੋਂ ਪ੍ਰੀਤਨਗਰ ਦੇ ਪ੍ਰੀਤਲੜੀ ਮਾਹੌਲ ਚ ਢਲੀ ਸੀ 1938 ਤੋਂ 47 ਤੱਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪ੍ਰੀਤਨਗਰ ਚਚ ਪਾਈ ਦਾ ਕੰਮ ਕਰਦਾ ਰਿਹਾ ਪ੍ਰੀਤਲੜੀ ਨਾਲ ਜੁੜਿਆ ਰਿਹਾ ਦੇਸ਼ ਦੀ ਵੰਡ ਵਿੱਚੋਂ ਦਿੱਲੀ ਆ ਗਿਆ ਤੇ 57 ਸਾਲ ਰਹਿ ਕੇ ਆਖਰੀ ਸਾ 31 ਮਾਰਚ 2005 ਨੂੰ ਲਿਆ 1950 ਉਹਨੇ ਚਾਂਦਨੀ ਚੌਕ ਦੀ ਪਲੇਅਰ ਗਾਰਡਨ ਮਾਰਕੀਟ ਨਵਯੁਗ ਨਾਂ ਦਾ ਪ੍ਰੈਸ ਚਾਲੂ ਕੀਤਾ। ਇਹ ਪ੍ਰੈਸ ਉਹਨੇ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਲਿਆ ਸੀ। ਪ੍ਰੀਤ ਲੜੀ ਨੂੰ ਉਹ ਪ੍ਰੈਸ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਮਿਹਰਬਾਨੀ ਨਾਲ ਮਿਲਿਆ ਸੀ। ਉੱਥੇ ਪ੍ਰੀਤਮ ਸਿੰਘ 1958 ਤੋਂ ਆਰਸੀ ਨਾਂ ਦਾ ਸਾਹਿਤਿਕ ਰਸਾਲਾ ਛਾਪਣ ਲੱਗਾ ਜੋ ਪੰਜਾਬੀ ਦੇ ਸਾਹਿਤਿਕ ਜਗਤ 'ਚ ਬੜਾ ਮਕਬੂਲ ਹੋਇਆ। ਹੌਣ ਹਾਰ ਤੇ ਛੋਟੇ ਦੇ ਪ੍ਰਸਿੱਧ ਲੇਖਕ ਉਸ 'ਚ ਛਪਦੇ। ਉਸ ਪ੍ਰੈਸ ਤੋਂ ਸੋਵੀਅਤ ਦੇਸ਼ ਦੀਆਂ ਪੰਜਾਬੀ ਪ੍ਰਕਾਸ਼ਨਾਵਾਂ ਵੀ ਛਾਪਦਾ। ਵਿਸ਼ਵ ਪ੍ਰਸਿੱਧ ਪੁਸਤਕਾਂ ਦੇ ਅਨੁਵਾਦ ਨਵਯੁਗ ਪ੍ਰਸਤ ਛਪਦੇ ਜਿਨ੍ਹਾਂ ਦੀ ਦਿੱਖ ਦਿਲ ਖਿੱਚਵੀ ਤੇ ਵਿਲੱਖਣ ਹੁੰਦੀ ਉਹਨਾਂ ਦੀ ਕੀਮਤ ਵੀ ਘੱਟ ਰੱਖੀ ਜਾਂਦੀ ਜੋ ਪਾਠਕਾਂ ਦੀ ਪੁੱਜਤ ਵਿੱਚ ਹੁੰਦੀ ਪਹਿਲਾਂ ਪੈਸੇ ਸਿਰਫ 1 ਰੁਪਏ ਤੋਂ 5-7 ਰੁਪਏ ਤੱਕ ਹੀ ਕੀਮਤ ਹੁੰਦੀ ਉਹਨਾਂ ਪੁਸਤਕਾਂ ਨੇ ਪੰਜਾਬੀ ਵਿੱਚ ਹਜ਼ਾਰਾਂ ਪਾਠਕ ਪੈਦਾ ਕੀਤੇ ਮੈਂ ਖੁਦ ਉਹਨਾਂ ਕਿਤਾਬਾਂ ਤੋਂ ਬਹੁਤ ਕੁਝ ਪੜਿਆ ਸਿੱਖਿਆ ਉਹਨਾਂ ਪੁਸਤਕਾਂ ਦੇ ਹਰ ਰੋਜ਼ 100-200 ਸਫ਼ੇ ਸਹਿਜ ਨਾਲ ਹੀ ਪੜ ਲੈਂਦਾ ਸੀ ਉਹ ਪੁਸਤਕਾਂ ਅੱਜ ਵੀ ਯਾਦ ਆਉਂਦੀਆਂ ਹਨ ਉਹਨਾਂ ਪੁਸਤਕਾਂ ਤੇ ਆਰਸੀ ਰਸਾਲੇ ਰਾਹੀਂ ਹੀ ਮੈਂ ਪਾਪਾ ਪ੍ਰੀਤਮ ਸਿੰਘ ਦੇ ਸੰਪਰਕ ਚ ਆਇਆ ਜਿਵੇਂ ਕਹਾ ਮੈਨੂੰ ਲਿਖਣ ਹੀ ਪਾਪਾ ਜੀ ਨੇ ਲਾਇਆ ਤਾਂ ਕੋਈ ਗਲਤ ਬਿਆਨੀ ਨਹੀਂ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੀ ਚਿਟਕ ਲਾਉਣ ਵਾਲਾ ਵੀ ਉਹੀ ਸੀ ਉਹ ਸਥਾਪਿਤ ਲੇਖਕਾਂ ਨੂੰ ਪ੍ਰਕਾਸ਼ਿਤ ਕਰਨ ਦੇ ਨਾਲ ਨਵੇਂ ਲੇਖਕਾਂ ਨੂੰ ਵੀ ਉਤਸ਼ਾਹਿਤ ਕਰਦਾ ਸੀ ਮੇਰੀ ਪਹਿਲੀ ਪੁਸਤਕ ਪੰਜਾਬ ਦੇ ਉੱਗੇ ਖਿਡਾਰੀ ਨਵਯੁਗ ਪਬਲਿਸ਼ਰਸ ਨੇ ਹੀ ਪ੍ਰਕਾਸ਼ਿਤ ਕੀਤੀ ਸੀ ਉਹਦੇ ਲਈ ਕੋਈ ਖਰਚਾ ਲੈਣ ਦੀ ਥਾਂ ਸਗੋ ਰਾਇਲਟੀ ਦਿੱਤੀ ਸੀ ਉਨੀ ਦੇ ਨੀ ਰਾਇਲਟੀ ਵਜੋਂ ਮੈਨੂੰ 1000 ਰੁਪਏ ਦਾ ਚੈੱਕ ਮਿਲਿਆ ਸੀ ਜੋ ਅੱਜ ਕੱਲ ਦੇ ਲੱਖ ਦੇ ਬਰਾਬਰ ਹੈ ਤੇ ਕੀਮਤ ਕਿਤਾਬ ਦੀ ਕੀਮਤ ਸਿਰਫ 10 ਰੁਪਏ ਰੱਖੀ ਗਈ ਸੀ ਅੱਜ ਅਸੀਂ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਦਾ ਜੋ ਹਾਲ ਵੇਖਦੇ ਹਾਂ ਉਹ ਉਦੋਂ ਦੇ ਹਾਲ ਨਾਲੋਂ ਕਿਤੇ ਮਾੜਾ ਹੈ ਮੈਂ ਕਈ ਵਾਰ ਹੈਰਾਨ ਹੁੰਨਾ ਕਿ ਨਵੇਂ ਉੱਠੇ ਲੇਖਕ ਨੂੰ ਨਵਯੁਗ ਪ੍ਰਕਾਸ਼ਕ ਨੇ ਬਿਨਾਂ ਕਿਸੇ ਸਿਫਾਰਿਸ਼ ਦੇ ਕਿਵੇਂ ਛਾਪਿਆ ਤੇ 10 ਰੁਪਏ ਕੀਮਤ ਦੀ ਕਿਤਾਬ ਉੱਤੇ 1000 ਰੁਪਏ ਦੀ ਅਗਾਊਂ ਰਾਇਲਟੀ ਕਿਵੇਂ ਦਿੱਤੀ ਉਨੇ ਦਿਨੀ ਮੈਂ ਦਿੱਲੀ ਨੂੰ અલਵਿਦਾ ਕਹਿ ਕੇ ਢੁੱਡੀ ਕੇ ਆਇਆ ਸੀ ਡਾਕਟਰ ਹਰਪਜਨ ਸਿੰਘ ਨੇ ਮੈਨੂੰ ਸਚਿੱਤਰ ਕੌਮੀ ਇਕਤਾ ਦਾ ਖੇਡ ਮੈਦਾਨ ਚ ਕਾਲਮ ਲਿਖਣ ਲਾਇਆ ਤਾਂ ਮੈਂ ਆਪਣੇ ਪਹਿਲੇ ਲਿਖੇ ਖਿਡਾਰੀਆਂ ਦੀ ਰੇਖਾ ਚਤਰ ਸੋਦੇ ਉਹਨਾਂ ਨੂੰ ਇੱਕ ਫਾਈਲ ਚ ਪਰੋ ਕੇ ਦਿੱਲੀ ਨਵਯੁਗ ਦੇ ਦਫ਼ਤਰ ਚ ਲੈ ਗਿਆ ਪਾਪਾ ਜੀ ਨੇ ਚਾਹ ਪਾਣੀ ਪਿਆ ਕੇ ਦਿੱਲੀ ਆਉਣ ਦਾ ਸਬਬ ਪੁੱਛਿਆ ਮੈਂ ਸੰਗ ਦੇ ਸੰਗ ਦੇ ਨੇ ਕਿਹਾ ਕਿਤਾਬ ਚ ਪਾਉਣੀ ਚਾਹਨਾ ਮੈਨੂੰ ਕੋਈ ਇਲਮ ਨਹੀਂ ਸੀ ਕਿ ਕਿਤਾਬ ਕੇ ਮੇਂ ਛਪਵਾਈ ਦੀ ਹੈ ਕੀ ਲਿਖ ਕੇ ਦੇਣਾ ਪੈਂਦਾ ਜਾਂ ਕੀ ਲਿਖ ਕੇ ਲੈਣਾ ਪੈਂਦਾ ਪੈਸਿਆਂ ਦੇ ਲੈਣ ਦੇਣ ਬਾਰੇ ਵੀ ਕੋਈ ਪਤਾ ਨਹੀਂ ਸੀ ਉੰਜ ਮੇਰੀ ਜੇਬ ਚ ਕਾਲਜ ਤੋਂ ਮਿਲੀ ਤਨਖਾਹ ਸੀ ਕਿ ਲੋੜ ਪਈ ਤਾਂ ਵਰਤ ਲਾਂਗਾ ਪਾਪਾ ਜੀ ਨੇ ਫਾਈਲ ਫੜ ਲਈ ਸਰਸਰੀ ਨਜ਼ਰ ਮਾਰ ਕੇ ਇੱਕ ਵੱਡੇ ਖਾਕੀ ਲਿਫਾਫੇ ਚ ਪਾ ਲਈ ਉੱਤੇ ਲਿਖ ਲਿਆ ਪੰਜਾਬ ਦੇ ਉੱਗੇ ਕਿਡਾਰੀ ਲਿਫਾਫਾ ਦਰਾਜ ਚ ਰੱਖ ਲਿਆ ਮੈਂ ਕਿਹਾ ਕਿ ਕਿਸੇ ਫਾਰਮ ਤੇ ਦਸਖਤਾਂ ਦੀ ਲੋੜ ਹੋਵੇ ਤਾਂ ਕਰਾ ਲਵੋ ਪਾਪਾ ਜੀ ਮਿੱਨਾ ਜਿਹਾ ਮੁਸਕਰਾਏ ਮੈਨੂੰ ਕੋਈ ਸਮਝ ਨਾ ਆਈ ਕਿ ਇਸ ਮੁਸਕਰਾੜ ਦਾ ਕੀ ਮਤਲਬ ਹੈ ਕਿਤੇ ਛਿਪਾਈ ਲਈ ਪੈਸੇ ਲੈਣ ਦੀ ਗੱਲ ਤਾਂ ਨਹੀਂ ਪਰ ਅਜੇ ਕੋਈ ਗੱਲ ਨਾ ਹੋਈ ਖੈਰ ਮੈਂ ਪੰਜਾਬ ਪਰਤ ਆਇਆ ਜਿਵੇਂ ਆਰਸੀ ਨੂੰ ਆਰਟੀਕਲ ਭੇਜ ਕੇ ਸੋਚੀਦਾ ਸੀ ਪਤਾ ਨਹੀਂ ਛਪੇ ਪਤਾ ਨਹੀਂ ਨਾ ਛਪੇ ਉਵੇਂ ਕਿਤਾਬ ਬਾਰੇ ਵੀ ਸੋਚਣ ਲੱਗਾ ਪਤਾ ਨਹੀਂ ਛਪੇ ਪਤਾ ਨਹੀਂ ਨਾ ਛਪੇ ਹੁਣ ਜੇ ਇਸ ਗੱਲੋਂ ਤਸੱਲੀ ਸੀ ਕਿ ਕੋਲੋਂ ਤਾਂ ਕੁਝ ਨਹੀਂ ਸੀ ਲੱਗਾ ਦੋ ਕੁ ਮਹੀਨੇ ਲੰਗੇ ਹੋਣਗੇ ਢੁੱਡੀ ਕੇ ਦੇ ਡਾਕੀਏ ਨੇ ਕਿਹਾ ਤੁਹਾਡਾ ਪਾਰਸਲ ਆਇਆ ਮੈਂ ਡਾਕਖਾਨੇ ਗਿਆ ਜਸਵੰਤ ਸਿੰਘ ਕਵਲ ਵੀ ਡਾਰਕਲੈਂਡ ਆਇਆ ਹੋਇਆ ਸੀ ਮੈਂ ਪਾਰਸਲ ਲਿਆ ਮੈਨੂੰ ਪਤਾ ਨਹੀਂ ਸੀ ਇਸ ਕੀ ਹੋਏਗਾ ਕਵਲ ਨੇ ਕਿਹਾ ਕਿ ਤਾਬਾਂ ਲੱਗਦੀਆਂ ਪਾਰਸਲ ਖੋਲਿਆ ਸੱਚ ਮੁੱਚ ਪੰਜਾਬ ਦੇ ਉੱਗੇ ਘਟਾਰੀ ਦੀਆਂ 10 ਕਾਪੀਆਂ ਸਨ ਟਾਈਟਲ ਉਤੇ ਉਗਮ ਦਾ ਸੂਰਜ ਸੀ ਜੋ ਮੇਰੇ ਮੁਖ ਬੰਦ ਪੌਫਟਾਲੇ ਨਾਲ ਮੇਲ ਖਾਂਦਾ ਸੀ ਉਹ ਮੈਡਲ ਵੰਗਲਿਸ਼ ਕਰਿਆ ਸੀ ਉਸ ਵੇਲੇ ਮੈਂ ਇੱਕ ਕਿਤਾਬ ਕਮਲ ਨੂੰ ਪੇਟ ਕਰਕੇ ਵਧਾਈਆਂ ਵੀ ਲਈਆਂ ਅਸ਼ੀਰਵਾਦ ਵੀ ਤੇ ਕਮਲ ਨੇ ਆਪਣੀ ਪਹਿਲੀ ਕਿਤਾਬ ਛਪਣ ਉਤੇ ਮਾਰੀ ਛਾਲ ਦੀ ਖੁਸ਼ੀ ਦੱਸੀ ਤੇ ਮੈਨੂੰ ਕਿਹਾ ਤੂੰ ਵੀ ਮਾਰ ਛਾਲ ਮੈਂ ਆਖਿਆ ਇੱਥੇ ਡਾਕਖਾਨੇ ਚ ਤਾਂ ਛਾਲ ਮਾਰਨ ਜੋਗੀ ਤਾਂ ਹੀ ਨਹੀਂ ਚਲੋ ਬਾਹਰ ਜਾ ਕੇ ਮਾਰਦਾ ਸ਼ਾਮ ਨੂੰ ਅਸੀਂ ਇਕੱਠੇ ਹੋਏ ਤੇ ਪਲੇਠੀ ਕਿਤਾਬ ਛਪਣ ਦੀ ਖੁਸ਼ੀ ਸਾਂਝੀ ਕੀਤੀ ਪਹਿਲੀ ਕਿਤਾਬ ਛਪਣ ਦੀ ਖੁਸ਼ੀ ਨਾਲ ਦੂਜੀ ਖੁਸ਼ੀ ਇਹ ਮਿਲੀ ਅਗਲੇ ਦਿਨ ਡਾਕ ਰਾਹੀਂ 1000 ਰੁਪਏ ਦਾ ਚੈੱਕ ਵੀ ਆ ਗਿਆ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਮੈਂ ਪਾਪਾ ਜੀ ਨੂੰ ਧੰਨਵਾਦ ਦੀ ਚਿੱਠੀ ਲਿਖੀ ਮੈਨੂੰ ਲੱਗਦਾ ਹੈ ਸ਼ਾਇਦ ਮੇਰੀ ਪਹਿਲੀ ਕਿਤਾਬ ਨਵਯੁਗ ਨੇ ਪ੍ਰਕਾਸ਼ਿਤ ਕੀਤੀ ਹੋਣ ਕਰਕੇ ਹੀ ਮੈਨੂੰ ਬਾਅਦ ਵਿੱਚ ਕਦੇ ਕੋਈ ਕਿਤਾਬ ਛਪਾਉਣ 'ਚ ਮੁਸ਼ਕਲ ਨਹੀਂ ਆਈ ਸਗੋਂ ਮੇਰੀਆਂ ਕਿਤਾਬਾਂ ਵਕਤ-ਵਕਤ ਪ੍ਰਕਾਸ਼ਕਾਂ ਨੇ ਆਪ ਮੰਗ ਕੇ ਪ੍ਰਕਾਸ਼ਿਤ ਕੀਤੀਆਂ ਇਹ ਵੀ ਇੱਕ ਕਾਰਨ ਹੈ ਕਿ ਮੈਂ ਪਹਿਲੀ ਕਿਤਾਬ ਛਪਨ ਤੋਂ ਲਗਾਤਾਰ ਲਿਖੀ ਜਾ ਰਿਹਾ ਤੇ ਕਿਤਾਬਾਂ ਛਪੀ ਜਾ ਰਹੀਆਂ ਜਿਨ੍ਹਾਂ ਦੀ ਗਿਣਤੀ 30 ਤੋਂ ਵੱਧ ਹੋ ਗਈ ਹੈ 1960ਵਿਆਂ ਦੀ ਗੱਲ ਹੈ ਮੈਂ ਉਦੋਂ ਦਿੱਲੀ ਦੇ ਖਾਲਸਾ ਕਾਲਜ 'ਚ ਲੈਕਚਰਾਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਤੇ ਮੈਂ ਨਵਯੁਗ ਤੇ ਆਰਸੀ ਪ੍ਰਕਾਸ਼ਨ ਦੀਆਂ ਪੁਸਤਕਾਂ ਖਰੀਦਣ ਪਲੇਅਰ ਗਾਰਡਨ ਮਾਰਕੀਟ ਜਾਂਦਾ ਸੀ ਹਫ਼ਤੇ ਦੋ ਹਫ਼ਤੇ ਮੇਰਾ ਢੇੜਾ ਆਰਸੀ ਦੀ ਦੁਕਾਨ ਵੱਲ ਭੱਜਦਾ ਰਹਿੰਦਾ ਕਾਲੇ ਤੋਂ ਵੇਲਾ ਹੋ ਕੇ ਮੈਂ 25 ਨੰਬਰ ਬੱਸ ਚੜਦਾ ਚਾਂਦਨੀ ਚੌਂਕ ਤੇ ਜਾ ਉਤਰਦਾ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ ਅੱਗੇ ਸਿਰ ਨਵਾਉਂਦਾ ਫਿਰ ਚਾਂਦਨੀ ਚੌਕ ਦੇ ਰੋਲੇ ਗੋਲੇ ਵਾਲੇ ਬਾਜ਼ਾਰ ਵਿੱਚ ਦੀ ਪਲੇਅਰ ਗਾਰਡਨ ਮਾਰਕੀਟ ਵੱਲ ਹੋ ਤੁਰਦਾ ਦੁਕਾਨਾਂ ਮੂਰੇ ਗਾਕਾਂ ਦੀਆਂ ਭੇੜਾਂ ਲੱਗੀਆਂ ਹੁੰਦੀਆਂ ਬੰਦੇ ਨਾਲ ਬੰਦਾ ਖਹਿ ਰਿਆ ਹੁੰਦਾ ਬੋਲ ਬੁਲਾਰਾ ਗੂੰਜਦਾ ਧੂਆਂ ਤੇ ਧੂੜ ਹੁੰਦੀ ਮੰਗ ਤੇ ਠੂਠੇ ਫੜੀ ਫਿਰਦੇ ਜਿਨ੍ਹਾਂ ਤੇ ਮੱਖੀਆਂ ਭਿੰਪਣਾਉਂਦੀਆਂ ਨਾਲੀਆਂ ਚ ਮੁਸ਼ਕ ਮਾਰਦਾ ਚਾਂਦਨੀ ਚੌਂਕ ਦੇ ਨਾਂ ਵਰਗੀ ਕੋਈ ਚੀਜ਼ ਨਹੀਂ ਸੀ ਉੱਥੇ ਪਲੇਅਰ ਗਾਰਡਨ ਮਾਰਕੀਟ ਦਾ ਵੀ ਨਾਂ ਹੀ ਸੋਹਣਾ ਸੀ ਉਨ ਜਿੱਥੇ ਪਲੇਅਰ ਜਾਂ ਗਾਰਡਨਾਂ ਦੀ ਕੋਈ ਸ਼ੈ ਨਹੀਂ ਸੀ ਕਿਹਾ ਜਾਂਦਾ ਸੀ ਕਦੇ ਉੱਥੇ ਘੋੜਿਆਂ ਦਾ ਤਬੇਲਾ ਹੁੰਦਾ ਸੀ ਜ਼ਰੂਰ ਹੋਏਗਾ ਕਿਉਂਕਿ ਮੈਨੂੰ ਉਦੋਂ ਵੀ ਉਹ ਦੁਕਾਨਦਾਰਾਂ ਤੇ ਗਾਹਕਾਂ ਦਾ ਤਬੇਲਾ ਹੀ ਲੱਗਦਾ ਸੀ ਮਾਰਕੀਟ ਦੇ ਗੇਟ ਕੋਲ ਪਿਆਰਾ ਸਿੰਘ ਦਾਤਾ ਦੀ ਨੈਸ਼ਨਲ ਬੁੱਕ ਸ਼ਾਪ ਸੀ ਕਦੇ-ਕਦੇ ਮੈਂ ਉਸ ਬੁੱਕ ਸ਼ਾਪ ਤੇ ਵੀ ਰੁਕ ਜਾਂਦਾ ਦਾਤਾ ਚੀਰੇ ਵਾਲੀ ਪੱਗ ਬੰਨੀ ਸਰਮਾ ਪਾਈ ਬੈਠਾ ਹੁੰਦਾ ਮਿੰਨਾ ਮਿੰਨਾ ਮੁਸਕਰਾਉਂਦਾ ਉਹ ਹਾਸ ਵਿਅੰਗ ਲਿਖਣ ਚ ਮਾਰਸੀ ਤੇ ਪਹਾੜਾਂ ਦਾ ਸੈਲਾਨੀ ਸੀ ਉਹਨੇ ਸਫਰਨਾਮੇ ਲੇਬੰਧ ਇਤਿਹਾਸ ਵਿਅੰਗ ਦੀਆਂ ਨਿੱਕਾਂ ਕਿਤਾਬਾਂ ਲਿਖੀਆਂ ਤੇ ਪਾਪਾ ਪ੍ਰੀਤਮ ਸਿੰਘ ਵਾਂਗ ਲੰਮੀ ਉਮਰ ਜੀਵਿਆ ਦਾਤੇ ਦੀ ਦੁਕਾਨ ਲੰਘ ਕੇ ਘੜੀਆਂ ਵਾਲੇ ਦੀ ਦੁਕਾਨ ਸੀ ਫਿਰ ਮਾਰਕੀਟ ਦਾ ਖੁੱਲਾ ਹਾਟਾ ਹਾਟੇ 'ਚ ਕਾਰਾਂ ਸਕੂਟਰ ਹੋਰ ਵਾਹਨ ਖੜੇ ਹੁੰਦੇ ਕੂੜ-ਕਬਾੜ ਖਿਲਰਿਆ ਹੁੰਦਾ ਆਲੇ-ਦੁਆਲੇ ਚਾਹ ਦੇ ਖੋਖੇ ਬੇ ਭਾਂਡੇ ਟਿੰਡੇ ਦਵਾਈਆਂ ਮੁਨੀਆਰੀ ਬਿਜਲੀ ਦਾ ਸਾਮਾਨ ਘੜੀਆਂ ਆਦ ਕਈ ਦੁਕਾਨਾਂ ਜਿੱਥੇ ਰੋਲਾ ਪੈਂਦਾ ਧੂਆ ਉੱਠਦਾ ਧੂੜ ਉੱਡਦੀ ਤਨ ਸੀ ਪਾਪਾ ਪ੍ਰੀਤਮ ਸਿੰਘ ਜਿਹੜਾ ਇਸ ਮਾਰਕੀਟ ਦੀ ਦੂਸ਼ਿਤ ਹਵਾ ਚ ਸਾਹ ਲੈਂਦੇ ਆ 91 ਸਾਲ ਜੀ ਗਿਆ ਲੱਗਦਾ ਉਹਦੀ ਹੱਡੀ ਹੀ ਜੀੜੀ ਸੀ ਜਿਹਨੂੰ ਡਾਕਟਰ ਡੀ ਐਨ ਏ ਕਹਿੰਦੇ ਹਨ ਧੰਨਵਾਦ ਚੱਲਦਾ